ਸਟੇ ਰਿਸ਼ਪੋਸ਼ ਵਿਦ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨਾਉਟ ਆਯੁਰਵੇਦਿਕ ਹੀਲਰ ਜਸ ਪੰਜਾਬੀ ਦੇ ਸਾਰੇ ਈਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੋੜਾਂ ਦਾ ਦਰਦ ਸ਼ਾਇਦ ਹੀ ਕੋਈ ਘਰ ਐਸਾ ਹੋਏ ਜਿਹਦੇ ਅੰਦਰ 40 45 50 ਸਾਲ ਦੀ ਉਮਰ ਜਦੋਂ ਇੱਕ ਵਿਅਕਤੀ ਦੀ ਬੀਤ ਜਾਏ ਤੇ ਉਹਦੇ ਜੋੜ ਬਿਲਕੁਲ ਵੀ ਤੰਗ ਨਾ ਕਰਨ ਆਪਾਂ ਆਯੁਰਵੇਦ ਦੀ ਮਦਦ ਨਾਲ ਇਹਨੂੰ ਠੀਕ ਕਰੀਏ ਕੀ ਹੈ ਜੋੜਾਂ ਦਾ ਦਰਦ ਦੇਖੋ ਜਿਸ ਤਰ੍ਹਾਂ ਜਿਸ ਤਰ੍ਹਾਂ ਉਮਰ ਵਾਧੀ ਹੈ ਆਯੁਰਵੇਦ ਅਮੰਦਾਵੇ ਕੀ ਸਰੀਰ ਦੇ ਅੰਦਰ ਆਮ ਜਿਹੜਾ ਵੈ ਉਹਦਾ ਸੰਚੇ ਹੋ ਜਾਂਦਾ ਵੈ ਆਮ ਜਦੋਂ ਵాయు ਨਾਲ ਮਿਲ ਜਾਂਦਾ ਵੈ ਇਹਨੂੰ ਕਹਿੰਦੇ ਆਂ ਆਮ ਵਾਤ ਆਮ ਵਾਤ ਵਾਲੇ ਵਿਅਕਤੀਆਂ ਦੇ ਅੰਦਰ ਜਦੋਂ ਵੀ ਵਿਅਕਤੀ ਟੈਸਟ ਕਰਾਂਦਾ ਤੇ ਆਰ ਏ ਫੈਕਟਰ ਪੋਜ਼ਿਟਿਵ ਆਂਦਾ ਵੈ ਪੇਸ਼ੈਂਟ ਨੂੰ ਕਹਿਤਾ ਜਾਂਦਾ ਤੁਹਾਨੂੰ ਰਿਊਮਟਾਇਡ ਆਰਥਰਾਇਟਿਸ ਹੈ ਬੰਦਾ ਜਦੋਂ ਰਾਤੀ ਸੋ ਕੇ ਸਵੇਰੇ ਉੱਠਦਾ ਵੈ ਉਹਦਾ ਸਰੀਰ ਜਕੜਿਆ ਹੁੰਦਾ ਵੈ ਛੋਟੇ ਜੋੜਾਂ ਤੋਂ ਸ਼ੁਰੂ ਹੋ ਕੇ ਵੱਡੇ ਜੋੜਾਂ ਵੱਲ ਜਾਣ ਵਾਲਾ ਇਹ ਰੋਗ ਗੰਭੀਰ ਰੂਪ ਧਾਰਨ ਕਰ ਲੈਂਦਾ ਵਾ ਜਦੋਂ ਇੱਕ ਸਟੇਜ ਤੋਂ ਬਾਅਦ ਜੋੜ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਨੇ ਕਹਿੰਦਾ ਪੂਰਾ ਇਲਾਜ ਆਯੁਰਵੇਦ ਨਾਲ ਸੰਭਵ ਹੈ ਜੇ ਤੁਹਾਨੂੰ ਪਹਿਲੇ ਲੱਛਣ ਨਜ਼ਰ ਆਣ ਕਿ ਜੋੜ ਪਰੇਸ਼ਾਨ ਕਰ ਰਹੇ ਨੇ ਪੇਨ ਰਹਿ ਰਹੀ ਹੈ ਸਵੇਰੇ ਸਟਿਫਨੈਸ ਹੈ ਪਹਿਲਾ ਕੰਮ ਕਰਨਾ ਹੈ ਵాయు ਦਾ ਨਾਸ਼ ਉਹ ਆਪਾਂ ਕਿਸ ਨਾਲ ਕਰਨਾ ਵਾ ਸੁੰਢ ਤੇ ਮੇਥਰੇ ਸੁੰਢ ਲੈਣੀ ਆਪਾਂ ਚਮਚੇ ਦਾ 10ਵਾਂ ਹਿੱਸਾ ਮੇਥਰੇ ਆਪਾਂ ਲੈਨੇ ਹੈ ਚਮਚੇ ਦਾ ਅੱਧਾ ਹਿੱਸਾ ਮਿਲਾ ਕੇ ਗਰਮ ਪਾਣੀ ਨਾਲ ਸਵੇਰੇ ਤੇ ਗਰਮ ਪਾਣੀ ਨਾਲ ਸ਼ਾਮੀ ਇਸਤੇਮਾਲ ਕਰਨਾ ਹੈ 1 ਮਹੀਨੇ ਦੇ ਅੰਦਰ ਅੰਦਰ ਇਹ ਫਰਕ ਦੱਸਣਗੇ ਸਟਿਫਨੈਸ ਸਾਡੀ ਦੂਰ ਕਰ ਦੇਣਗੇ ਲੇਕਿਨ ਜ਼ਰੂਰੀ ਹੈ ਇਹਦੇ ਨਾਲ ਨਾਲ ਪੇਟ ਦਾ ਸਾਫ਼ ਹੋਣਾ ਕਿਉਂਕਿ ਤਦੇ ਹੀ ਆਮ ਦੂਰ ਹੋਏਗਾ ਹੁਣ ਪੇਟ ਸਾਫ਼ ਕਰਨ ਵਾਸਤੇ ਸਭ ਤੋਂ ਆਸਾਨ ਚੀਜ਼ ਹੈ ਤ੍ਰਿਫਲਾ ਤ੍ਰਿਫਲਾ ਇਸਤੇਮਾਲ ਕਰੋ ਰੋਜ਼ ਰਾਤੀ ਸੌਣ ਲੱਗਿਆਂ 5 ਗ੍ਰਾਮ ਇਹ ਦੋ ਚੀਜ਼ਾਂ ਦੇ ਨਾਲ ਨਾਲ ਜੇ ਕੋਈ ਜੋੜ ਬਹੁਤ ਅਧਿਕ ਪਰੇਸ਼ਾਨ ਕਰ ਰਿਹਾ ਹੋਵੇ ਫਿਰ ਉਸ ਕੇਸ ਚ ਆਪਾਂ ਇੱਕ ਕੱਪੜੇ ਚ ਜਵੈਨ ਬਨ ਲੈਣੀ ਹੈ ਜਵੈਨ ਨੂੰ ਤਵੇ ਦੇ ਉੱਪਰ ਆਪਾਂ ਉਹ ਕਪੜਾ ਸੇਕ ਕੇ ਉਹਦੀ ਜਿਹੜੀ ਪੋਰਟਲੀ ਹੈ ਉਹਦੀ ਸਿਕਾਈ ਕਰਨੀ ਹੈ ਉਸ ਜੋੜ ਤੇ ਜਿਹੜਾ ਜੋੜ ਵਧੇਰੇ ਤੰਗ ਕਰ ਰਿਹਾ ਵੈ ਇਹ ਸਿੰਪਲ ਚੀਜ਼ਾਂ ਅਗਰ ਆਪ ਆਪ ਨੇ ਘਰ ਚ ਕਰ ਲੈਣੇ ਆ 70% ਜੋੜਾਂ ਦਾ ਦਰਦ ਬਿਨਾ ਦਵਾਈ ਤੋਂ ਹੀ ਠੀਕ ਹੋ ਸਕਦਾ ਵੈ ਲੇਕਿਨ ਅਗਰ ਤੰਗੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੁਸੀਂ ਦਵਾਈਆਂ ਦੇ ਜੰਗਾਲ ਚ ਫਸ ਚੁੱਕੇ ਹੋ ਬਹੁਤ ਪਰੇਸ਼ਾਨ ਹੋ ਸਾਡੇ ਹੈਲਪਲਾਈਨ ਨੰਬਰ ਤੁਹਾਡੀ ਸਕਰੀਨ ਤੇ ਆ ਰਹੇ ਨੇ ਮੇਰੀ ਰਿਕਵੈਸਟ ਰਹੇਗੀ ਉਸ ਕੇਸ 'ਚ ਤੁਸੀਂ ਉਹਨਾਂ ਹੈਲਪਲਾਈਨ ਨੰਬਰਸ ਦੇ ਉੱਪਰ ਸੰਪਰਕ ਕਰ ਸਕਦੇ ਹੋ ਆਪਣੀ ਡਿਟੇਲਸ ਸਾਨੂੰ ਪੇਚ ਸਕਦੇ ਹੋ ਸਾਡੇ ਡਾਕਟਰਸ ਤੁਹਾਡੀ ਡਿਟੇਲ ਲੈਣਗੇ ਹਿਸਟਰੀ ਲੈਣਗੇ ਕੋਸ਼ਿਸ਼ ਤਾਂ ਵੀ ਇਹ ਹੀ ਰਹੇਗੀ ਕਿ ਬਿਨਾਂ ਦਵਾਈਆਂ ਤੋਂ ਤੁਹਾਡਾ ਇਲਾਜ ਕੀਤਾ ਜਾ ਸਕੇ ਜਿੱਥੇ ਬਹੁਤ ਜ਼ਰੂਰੀ ਹੈ ਇਹ ਇੱਕ ਰੋਗ ਬਣ ਚੁੱਕਾ ਵੈ ਉੱਥੇ ਹੀ ਕੇਵਲ ਆਪਾਂ ਨੈਚੁਰਲ ਦਵਾਈਆਂ ਦਾ ਇਸਤੇਮਾਲ ਕਰਾਂਗੇ ਸੋ ਆਓ ਆਪਾਂ ਆਰਥਰਾਈਟਿਸ ਨੂੰ ਦੂਰ ਭਜਾਈਏ ਆਯੁਰਵੇਦ ਦੀ ਮਦਦ ਦੇ ਨਾਲ ਸਸ਼ੇਕਾਰ ਜੋਇਨ ਡਾਕਟਰ ਨਵਦੀਪ ਸ਼ਰਮਾ 글로ਬਲੀ ਰੈਨਾਉਂਡ ਆਯੁਰਵੇਦਿਕ ਹੀਲਰ ਲਾਈਵ ਐਂਡ ਚਲਵੇ ਜਗਗੀ ਦੇ 25th ਮਈ 10:30 ਪੀਐਮ ਈਐਸਟੀ ਓਨਲੀ ਔਨ ਚੈਨਲ ਜਸ ਪੰਜਾਬੀ